ਇਹ ਤਸੱਵਰ ਦਾ ਮੇਰੇ ਖੁਆਬਾਂ ਦਾ ਪਿੰਡ ਹੈ। ਮੈਂ ਸਮਝਦਾ ਕਿ ਮੁਕੰਮਲ ਜਹਾਨ ਦੇ ਜਦੋਂ ਵੀ ਕਿਤੇ ਅਸੀਂ ਦੁਨੀਆ 'ਚ ਜਾਂਦੇ ਹਾਂ, ਜੇ ਅਸੀਂ ਫਰਾਂਸ ਜਾਈਏ ਅਤੇ ਐਫਲ ਟਾਵਰ ਦੇਖਣ ਦੀ ਬਜਾਏ ਮੈਂ ਕਹਿੰਦਾ ਹੁੰਦਾ ਕਿ ਫਰਾਂਸ ਦੇ ਪਿੰਡਾਂ ਨੂੰ ਦੇਖੀਏ, ਉੱਥੇ ਕਲਚਰ ਕੀ ਆ। ਪਿੰਡ ਸਾਰੇ ਇੱਕੋ ਜਿਹੇ ਹੁੰਦੇ ਆ, ਤਹਿਜ਼ੀਬ ਵੀ ਇੱਕੋ ਜਿਹੀ ਹੁੰਦੀ ਆ, ਮੁਹੱਬਤ ਵੀ ਇੱਕੋ ਜਿਹੀ ਹੁੰਦੀ ਆ, ਪਰ ਮੈਂ ਆਪਣੇ ਪੰਜਾਬ ਦੇ ਪਿੰਡਾਂ ਦੀ ਤਸੱਵਰ ਕਰ ਰਿਹਾ ਕਿਹੋ ਜਿਹਾ ਹੋਣਾ ਚਾਹੀਦਾ। ਇੱਕ ਪਿੰਡ ਹੋਵੇ ਮੇਰੇ ਬਾਬਾਂ ਦਾ, ਹਰ ਦਿਲ ਆਪਣਾ ਭਰਿਆ ਹੋਵੇ, ਇੱਕ ਪਿੰਡ ਹੋਵੇ। Thank you.
हाँ ये महफिल आ तुसी इनू कहते हैं मुशारे वांगू विच दात देनी है ते नाल जल पता तां हुंदा ही आ की गल आ की बोल दिया करो एक जारिया तो मत तारा चमके तरू मैनू ओदे विच दिसी रंजने दी रू गदा इस पासे दूर देस जंग हुंदा सी ਰਾਂਝੇ ਵਾਲੀ ਵੰਜਲੀ ਵਜਾਉਣ ਲੱਗ ਪਏ ਚੁੱਪ ਸਾਫ ਕਾਇਨਾਤ ਟੋਟੋ ਵਾਲੇ ਵੀ ਗਾਉਣ ਲੱਗ ਪਏ ਤੀਜਾ ਰਾਤਰੀ ਦਾ ਪੈ ਮੈਜੋਰਟੀ ਮੈਨੂੰ ਕਈ ਵਾਰੀ ਰੇਡੀਓ 'ਤੇ ਕੁਐਸਚਨ ਕਰਦੇ ਕਿ ਅੱਛਾ ਸਰਤਾਜ ਨਾਮ ਕਿਸ ਤਰ੍ਹਾਂ ਆਇਆ ਇਹ ਗੀਤ ਆ ਜਿਹਦੇ ਵਿੱਚ ਪਹਿਲੀ ਵਾਰੀ ਸਰਤਾਜ ਤਖੰਦੂਸ ਇਸਤੇਮਾਲ ਹੋਇਆ ਇਤਫਾਕਨ ਬਖਸ਼ਿਸ਼ ਦੇ ਨਾਲ ਆਮਦ ਦੇ ਨਾਲ ਆਇਆ ਕਿਵੇਂ ਮੇਰੀ ਬੇਨਤੀ ਨੂੰ ਸੁਣ ਤਾਰੇ ਅੰਬਰਾਂ ਤੋਂ ਨੱਥੇ ਸਾਰੇ ਖੁਸ਼ੀ ਖੁਸ਼ੀ ਆ ਕੇ ਵਸ ਗਏ ਸਾਡੇ ਮੱਥੇ ਉਸੇ ਦਿਨ ਤੋਂ ਹੈ ਸਾਡੇ ਸਿਰ ਤਾਰਿਆਂ ਦਾ ਤਾਜ ਤਾਂ ਹੀ ਯਾਰੋ ਮੈਂ ਸਤਿੰਦਰ ਤੋਂ ਉਸੇ ਦਿਨ ਤੋਂ ਹੈ ਸਾਡੇ ਸਿਰ ਤਾਰਿਆਂ ਦਾ ਤਾਜ ਤਾਂ ਹੀ ਯਾਰੋ ਮੈਂ ਸਤਿੰਦਰ ਤੋਂ ਹੋਇਆ ਸਰਤਾਜ ਹੁਣ ਤਾਰੇ ਸਰਤਾਜ ਨੂੰ ਸਜਾਉਣ ਲੱਗ ਪਏ ਚੁੱਪ ਚਾਪ ਕਾਇਨਾਤ ਤਾਰੇ ਗਾਉਣ ਲੱਗ ਪਏ ਤੀਜਾ ਰਾਤਰੀ ਦਾ ਪੈਰ ਖੁੱਲ ਗਈ ਮੇਰੇ ਖਾਬਾਂ ਉੱਤੇ ਤਾਰਿਆਂ ਦੀ ਲੋੜ ਜਦੋਂ ਉਣੀਂਦਰੇ ਜੇ ਨੇ ਤੱਕਿਆ ਤਾਂ ਅੱਗੋਂ ਮੁਸਕਾਉਣ ਲੱਗ ਪਏ ਚੁੱਪ ਚਾਪ ਕਾਇਨਾਤ ਤਾਰੇ ਗਾਉਣ ਲੱਗ ਪਏ ਤੀਜਾ ਰਾਤਰੀ ਦਾ ਪੈਰ